ਦੇਖੋ ਇੱਕ ਵੈਬ ਸੀਰੀਜ਼ ਆ ਰਹੀ ਹੈ ਨੈੱਟਫਲਿਕਸ ਉੱਤੇ ਗਿਲਟੀ, ਜਿਸ ਦੇ ਅੰਦਰ ਇੱਕ ਕਰੈਕਟਰ ਨੂੰ ਦਿਖਾਇਆ ਗਿਆ ਨਾਨਕੀ, ਜੋ ਕਿ ਇੱਕ ਬੜੇ ਹੀ ਮਾੜੇ ਸ਼ੇਡ ਅੰਦਰ ਨੂੰ ਦਿਖਾਇਆ ਗਿਆ, ਇੱਕ ਡਰੱਗਿਸਟ, ਅਲਕੋਹਲਿਸਟ ਔਰ ਬਹੁਤ ਸਾਰੇ ਇੱਕ ਮਾੜੇ ਕਿਰਦਾਰ ਦੇ ਰੂਪ ਅੰਦਰ ਉਸਨੂੰ ਪੇਸ਼ ਕੀਤਾ ਗਿਆ। ਇਹ ਕੰਮ ਪਹਿਲਾਂ ਵੀ ਨੈੱਟਫਲਿਕਸ ਨੇ ਕੀਤਾ ਸੀ, ਸੈਕਰਡ ਗੇਮਸ ਆਈ ਸੀ ਜਦੋਂ ਇੱਕ ਸਿੱਖ ਨੂੰ ਕਾਰ ਲਾ ਕੇ ਸੁੱਟਦਿਆਂ ਦਿਖਾਈ ਦਿੱਤਾ ਗਿਆ, ਦਿਖਾਇਆ ਗਿਆ। ਉਹਨਾਂ ਦਾ ਪਰਪਸ ਇਹ ਆ ਕਿ ਉਹ ਬਾਰ ਬਾਰ ਐਸੇ ਕੰਮ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਉਹਨਾਂ ਨੂੰ ਪਬਲਿਸਿਟੀ ਮਿਲੇ ਔਰ ਐਸੇ ਕਿਰਦਾਰ ਬਣਾਉਣਾ ਜਿਹਦੇ ਨਾਲ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾਵੇ ਔਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਇਹਦੇ ਕਰਕੇ ਸਿੱਖ ਭੜਕਣ ਔਰ ਸਿੱਖਾਂ ਦੇ ਇਸ ਨੂੰ ਇਸਤੇਮਾਲ ਕੀਤਾ ਜਾਵੇ ਭਾਵਨਾ ਨੂੰ ਆਪਣਿਆਂ ਨੂੰ ਇਨਕੈਸ਼ ਕਰਨ ਵਾਸਤੇ, ਇਹ ਸਾਡਾ ਇਤਰਾਜ਼ ਹੈ। ਗੁਰਦੁਆਰਾ ਸਾਹਿਬ ਨੂੰ ਦਿਖਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਿੱਖ ਜਿਹੜੇ ਨੇ ਅੱਤਵਾਦੀ ਨੇ, ਸਿੱਖ ਜਿਹੜੇ ਨੇ ਇਹ ਮਾਰਧਾੜ 'ਚ ਬਿਲੀਵ ਕਰਦੇ ਨੇ, ਸਿੱਖ ਜਿਹੜੇ ਨੇ ਇਹ ਇਸ ਤਰੀਕੇ ਓਪਰੇਸ਼ਨ ਕਰ ਰਹੇ ਨੇ ਜਾਂ ਮਾਰਨ ਦਾ ਕੰਮ ਕਰ ਰਹੇ ਨੇ। ਅਸੀਂ ਸੇਵੀਅਰਸ ਹਾਂ, ਵੀ ਆਰ ਅ ਫਾਈਟਰ, ਅਸੀਂ ਦੇਸ਼ ਦੀ ਲੜਨ ਮਰਨ ਵਾਲੇ ਲੋਕ ਹਾਂ, ਸਾਡਾ ਉਹ ਕਿਰਦਾਰ ਦਿਖਾਓ ਨਾ। ਇੱਕ ਨਵੀਂ ਵੈਬ ਸੀਰੀਜ਼ ਆ ਰਹੀ ਹੈ ਅਤੇ ਉਹਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਨੋਟਿਸ ਵੀ ਭੇਜਿਆ ਹੈ, ਮਿਨਿਸਟਰੀ ਨੂੰ ਵੀ ਲਿਖਿਆ ਹੈ, ਕਾਫੀ ਵਿਵਾਦ ਇਸ ਵਕਤ ਹੋ ਰਿਹਾ ਅਤੇ ਕਿਆ ਕੁਛ ਹੈ ਗੱਲਬਾਤ ਕਰਨ ਨੂੰ ਮੌਜੂਦ ਨੇ ਮੇਰੇ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ। ਸਿਰਸਾ ਸਾਹਿਬ, ਇੱਕ ਵੈਬ ਸੀਰੀਜ਼ ਬਾਰੇ ਤੁਸੀਂ ਮਿਨਿਸਟਰੀ ਨੂੰ ਲਿਖ ਰਹੇ ਹੋ, ਕੀ ਕੁਛ ਹੈ ਉਹ? ਦੇਖੋ ਇੱਕ ਵੈਬ ਸੀਰੀਜ਼ ਆ ਰਹੀ ਹੈ ਨੈੱਟਫਲਿਕਸ ਉੱਤੇ ਗਿਲਟੀ, ਜਿਸ ਦੇ ਅੰਦਰ ਇੱਕ ਕਰੈਕਟਰ ਨੂੰ ਦਿਖਾਇਆ ਗਿਆ ਨਾਨਕੀ, ਜੋ ਕਿ ਇੱਕ ਬੜੇ ਹੀ ਮਾੜੇ ਸ਼ੇਡ ਅੰਦਰ ਨੂੰ ਦਿਖਾਇਆ ਗਿਆ, ਇੱਕ ਡਰੱਗਿਸਟ, ਅਲਕੋਹਲਿਸਟ ਔਰ ਬਹੁਤ ਸਾਰੇ ਇੱਕ ਮਾੜੇ ਕਿਰਦਾਰ ਦੇ ਰੂਪ ਅੰਦਰ ਉਸਨੂੰ ਪੇਸ਼ ਕੀਤਾ ਗਿਆ। ਇਹ ਕੰਮ ਪਹਿਲਾਂ ਵੀ ਨੈੱਟਫਲਿਕਸ ਨੇ ਕੀਤਾ ਸੀ, ਸੈਕਰਡ ਗੇਮਸ ਆਈ ਸੀ ਜਦੋਂ ਇੱਕ ਸਿੱਖ ਨੂੰ ਕਾਰ ਲਾ ਕੇ ਸੁੱਟਦਿਆਂ ਦਿਖਾਈ ਦਿੱਤਾ ਗਿਆ, ਦਿਖਾਇਆ ਗਿਆ। ਉਹਨਾਂ ਦਾ ਪਰਪਸ ਇਹ ਆ ਕਿ ਉਹ ਬਾਰ ਬਾਰ ਐਸੇ ਕੰਮ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਉਹਨਾਂ ਨੂੰ ਪਬਲਿਸਿਟੀ ਮਿਲੇ, ਸਿੱਖਾਂ ਦੇ ਭਾਵਨਾਵਾਂ ਨੂੰ ਆਹਤ ਕਰਕੇ ਉਹਨਾਂ ਨੂੰ ਭੜਕਾ ਕੇ, ਅਤੇ ਉਹ ਚਾਹੁੰਦੇ ਨੇ ਕਿ ਇਹ ਮੀਡੀਆ ਦੇ ਅੰਦਰ ਇਸ਼ੂ ਬਣੇ। ਮੈਂ ਬਹੁਤ ਦਿਨ ਪਹਿਲਾਂ ਵੀ ਨੋਟਿਸ ਭੇਜਿਆ ਸੀ, ਮੈਂ ਚਾਹੁੰਦਾ ਨਹੀਂ ਸੀ ਕਿ ਮੀਡੀਆ 'ਚ ਗੱਲ ਆਵੇ ਕਿਉਂਕਿ ਉਹ ਇਹਨਾਂ ਨੂੰ ਇਹਦੇ ਨਾਲ ਪਬਲਿਸਿਟੀ ਮਿਲਦੀ ਆ, ਲੇਕਿਨ ਆਖਿਰਕਾਰ ਜਦੋਂ ਉਹਨਾਂ ਨੇ ਆਪਣੀ ਪਬਲਿਸਿਟੀ ਹੋਰ ਤੇਜ਼ੀ ਨਾਲ ਸ਼ੁਰੂ ਕਰਤੀ, ਸਾਨੂੰ ਬੋਲਣਾ ਪਿਆ। ਬੇਬੇ ਨਾਨਕੀ ਦੇ ਨਾਮ ਤੋਂ ਮਸ਼ਹੂਰ ਗੁਰੂ ਨਾਨਕ ਦੇਵ ਜੀ ਦੀ ਭੈਣ, ਜਿਹਨੂੰ ਲੋਕ ਬਹੁਤ ਹੀ ਸਤਿਕਾਰ ਦੇ ਨਾਲ, ਅਦਬ ਦੇ ਨਾਲ ਸੀਸ ਨਵਾਉਂਦੇ ਨੇ ਉਹਨਾਂ ਦੇ ਅੱਗੇ, ਉਸ ਦੇ ਨਾਮ ਦਾ ਇਸਤੇਮਾਲ ਕਰਕੇ ਔਰ ਐਸੇ ਕਿਰਦਾਰ ਬਣਾਉਣਾ ਜਿਹਦੇ ਨਾਲ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾਵੇ ਔਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਵੇ, ਇਹਦੇ ਕਰਕੇ ਸਿੱਖ ਭੜਕਣ ਔਰ ਸਿੱਖਾਂ ਦੇ ਇਸ ਨੂੰ ਇਸਤੇਮਾਲ ਕੀਤਾ ਜਾਵੇ ਭਾਵਨਾ ਨੂੰ ਆਪਣਿਆਂ ਨੂੰ ਇਨਕੈਸ਼ ਕਰਨ ਵਾਸਤੇ, ਇਹ ਸਾਡਾ ਇਤਰਾਜ਼ ਹੈ। ਪਰ ਨਾਮ ਤਾਂ ਕੋਈ ਵੀ ਰੱਖ ਸਕਦਾ ਫਿਲਮ ਦੇ ਵਿੱਚ, ਫਿਰ ਨਾਮ 'ਤੇ ਕਿਆ ਇਤਰਾਜ਼? ਨਹੀਂ, ਨਾਮ 'ਤੇ ਸਾਨੂੰ ਕੋਈ ਇਤਰਾਜ਼, ਨਾਮ ਕੋਈ ਵੀ ਰੱਖੇ, ਲੇਕਿਨ ਇਹ ਪਰਪਸ ਡਿਫਰੈਂਟ ਆ। ਇਹਦਾ ਪਰਪਸ ਇਹ ਆ, ਨਾਮ ਉਹ ਮਨਜਿੰਦਰ ਸਿੰਘ ਸਿਰਸਾ ਰੱਖ ਲੈਂਦੇ, ਸਾਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਕੋਈ ਆਪਣੇ ਨਾਮ ਦਾ ਜਾਂ ਮੇਰੇ ਨਾਮ ਦਾ ਮਿਲਦਾ, ਗੱਲ ਨਾਮਾਂ ਦੀ ਨਹੀਂ ਹੁੰਦੀ, ਲੇਕਿਨ ਕਈ ਵਾਰ ਪਰਪਸਲੀ ਉਹਨਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਜਿਹਦੇ ਨਾਲ ਇੱਕ ਕੰਟਰੋਵਰਸੀ ਦੀ ਸ਼ੇਪ ਦਿੱਤੀ ਜਾ ਸਕੇ ਔਰ ਫਿਰ ਉਸ ਕੰਟਰੋਵਰਸੀ ਤੋਂ ਆਪਣੀ ਪਬਲਿਸਿਟੀ ਕੱਢੀ ਜਾ ਸਕੇ। ਇਹ ਉਹ ਪਰਪਸ ਆ ਜਿੱਥੇ ਕੰਟਰੋਵਰਸੀ ਕਰਨ ਜੌਹਰ ਔਰ ਇਹਨਾਂ ਨੇ ਮਿਲ ਕੇ ਪਹਿਲਾਂ ਵੀ ਸੈਕਰਡ ਗੇਮਸ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ, ਹੁਣ ਕਰਨ ਜੌਹਰ ਨਾਲ ਮਿਲ ਕੇ ਇਹਨਾਂ ਨੇ ਜਿਹੜੀ ਇਸ ਮੂਵੀ ਇਸ ਵੈਬ ਸੀਰੀਜ਼ ਨੂੰ ਲੈ ਕੇ ਆਉਂਦਾ। ਸੋ ਪਰਪਸ ਇਹਨਾਂ ਦਾ ਅਲੱਗ ਆ, ਜੇ ਇਹਨਾਂ ਦਾ ਪਰਪਸ ਇਸ ਨਾਲ ਹੁੰਦਾ ਜਦੋਂ ਅਸੀਂ ਇਹਨਾਂ ਨੂੰ ਇਨੀਸ਼ਲੀ ਇੰਟੀਮੇਟ ਕੀਤਾ ਸੀਗਾ, ਉਹ ਨਾਮ ਹੀ ਸੀਗਾ, ਕੁਛ ਵੀ ਕਰ ਸਕਦੇ ਸੀ, ਲੇਕਿਨ ਉੱਥੋਂ ਸਮਝ 'ਚ ਆਇਆ ਕਿ ਉਹਨਾਂ ਦਾ ਪਰਪਸ ਹੀ ਆ ਕਿ ਰੌਲਾ ਪਵੇ ਅਤੇ ਉਹਨਾਂ ਨੂੰ ਕੰਟਰੋਵਰਸੀ ਦਾ ਬੈਨੀਫਿਟ ਮਿਲੇ। ਤੁਸੀਂ ਨੋਟਿਸ ਭੇਜਿਆ, ਮਿਨਿਸਟਰੀ ਨੂੰ ਵੀ ਲਿਖਿਆ ਹੈ, ਜੇ ਨਹੀਂ ਹੁੰਦਾ ਕੋਈ ਐਕਸ਼ਨ ਫਿਰ ਅੱਗੇ ਕੀ ਕਦਮ ਹੋਏਗਾ? ਦੇਖੋ ਹੁਣ ਉਹ ਜਦੋਂ ਨਹੀਂ ਹੋਏਗਾ ਉਹਦੀ ਗੱਲ ਅੱਗੇ ਕਰਾਂਗੇ, ਦੇਖਾਂਗੇ ਉਹਦੇ ਲੀਗਲ ਕੋਰਸ ਆਫ ਐਕਸ਼ਨ ਕੀ ਹੁੰਦਾ, ਹਾਂ ਉਹ ਲੀਗਲ ਕੋਰਸ ਆਫ ਐਕਸ਼ਨ ਦੇਖਾਂਗੇ ਕੀ ਕਰਦੇ ਹਾਂ। ਸਾਨੂੰ ਉਮੀਦ ਆ ਕਿ ਜੇ ਉਹਨਾਂ ਦੀ ਭਾਵਨਾ ਜਾਇਜ਼ ਹੋਊਗੀ, ਤਾਂ ਗੱਲ ਤਾਂ ਨਾਮ ਦੀ ਆ ਨਾ, ਉਹਦਾ ਨਾਮ ਜੇ ਉਹਨਾਂ ਦੀ ਭਾਵਨਾ ਹੀ ਨਜਾਇਜ਼ ਹੋਊਗੀ ਜੋ ਅਸੀਂ ਸਮਝਦੇ ਪਏ ਹੈ,
ਤੇ ਫਿਰ ਦੇਖਾਂਗੇ, ਫਿਰ ਲੜਾਈ ਲੜਾਂਗੇ। ਹੋਰ ਮੂਵੀ ਬਾਰੇ ਵੀ ਤੁਸੀਂ ਨੋਟਿਸ ਭੇਜ ਰਹੇ ਹੋ? ਦੇਖੋ ਉਹ ਮੂਵੀ ਜਿਹੜੀ ਆ ਉਹ ਓਪਰੇਸ਼ਨ ਪਰਿੰਦੇ, ਜੋ ਜਿਸ ਦੇ ਅੰਦਰ ਸਾਰੀ ਜੋ ਇੱਕ ਕਿਰਦਾਰ ਪੇਸ਼ ਕੀਤਾ ਜਾ ਰਿਹਾ ਉਹ ਸਿੱਖਾਂ ਦਾ, ਸਿੱਖ ਦੀ ਦਸਤਾਰ, ਸਿੱਖ ਦਾ ਵੇਸ਼ਭੂਸ਼ਾ, ਗੁਰਦੁਆਰਾ ਸਾਹਿਬ ਨੂੰ ਦਿਖਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਿੱਖ ਜਿਹੜੇ ਨੇ ਅੱਤਵਾਦੀ ਨੇ, ਸਿੱਖ ਜਿਹੜੇ ਨੇ ਇਹ ਮਾਰਧਾੜ 'ਚ ਬਿਲੀਵ ਕਰਦੇ ਨੇ, ਸਿੱਖ ਜਿਹੜੇ ਨੇ ਇਹ ਇਸ ਤਰੀਕੇ ਓਪਰੇਸ਼ਨ ਕਰ ਰਹੇ ਨੇ ਜਾਂ ਮਾਰਨ ਦਾ ਕੰਮ ਕਰ ਰਹੇ ਨੇ। ਇਹ ਕੋਇੰਸੀਡੈਂਸ ਨਹੀਂ ਹੈਗਾ। ਇੱਕ ਪਾਸੇ ਪੰਜਾਬ ਦੇ DGP ਇਹ ਬਿਆਨ ਦੇ ਕੇ ਕਹਿੰਦੇ ਨੇ ਕਿ ਕਰਤਾਰਪੁਰ 'ਚੋਂ ਸਿੱਖ ਅੱਤਵਾਦੀ ਬਣ ਕੇ ਆ ਜਾਣਗੇ, ਦੂਜੇ ਪਾਸੇ ਕਾਂਗਰਸ 85-86 'ਚ ਇਹੀ ਕੰਮ ਕਰਦੀ ਆ, ਅਖਬਾਰ 'ਚ ਐਡ ਦਿੰਦੀ ਫੁੱਲ ਪੇਜ ਜਿਹਦੇ ਅੰਦਰ ਇੱਕ ਸਿੱਖ ਨੂੰ ਕੈਬ ਡਰਾਈਵਰ ਦਿਖਾਉਂਦੇ ਨੇ, ਔਰ ਫਿਰ ਇਹ ਪੁੱਛਦੇ ਨੇ ਤੁਹਾਨੂੰ ਇਹਨੂੰ ਵੇਖ ਕੇ ਡਰ ਤਾਂ ਨਹੀਂ ਲੱਗਦਾ? ਜਦੋਂ ਸਿੱਖ ਸਵਾਲ ਕਰਦੇ ਕਹਿੰਦੇ ਅਸੀਂ ਤਾਂ ਇੱਕ ਕੈਬ ਡਰਾਈਵਰ ਦਿਖਾਇਆ। ਇਸੇ ਤਰ੍ਹਾਂ ਇਹ ਵੀ ਕਹਿਣਗੇ ਅਸੀਂ ਤਾਂ ਇੱਕ ਕਿਰਦਾਰ ਦਿਖਾਇਆ। ਅਰੇ ਵੀ ਕਿਰਦਾਰ ਜਦੋਂ ਤੁਸੀਂ ਦਿਖਾਉਂਦੇ, ਕਰੈਕਟਰ ਦਿਖਾਉਂਦੇ, ਤੁਹਾਡੇ ਲਈ ਗੁਰਦੁਆਰਾ, ਤੁਹਾਡੇ ਲਈ ਗੁਰਸਿੱਖ, ਤੁਹਾਡੇ ਵਾਸਤੇ ਦਸਤਾਰ, ਉਹਨੂੰ ਅੱਤਵਾਦ ਨਾਲ ਕਿਉਂ ਜੋੜ ਕੇ ਦਿਖਾਉਣਾ ਚਾਹੁੰਦੇ ਜੀ? ਅਸੀਂ ਸੇਵੀਅਰਸ ਹਾਂ, ਵੀ ਆਰ ਅ ਫਾਈਟਰ, ਅਸੀਂ ਦੇਸ਼ ਦੀ ਲੜਨ ਮਰਨ ਵਾਲੇ ਲੋਕ ਹਾਂ। ਸਾਡਾ ਉਹ ਕਿਰਦਾਰ ਦਿਖਾਓ ਨਾ, ਇਹ ਕਿਰਦਾਰ ਦਿਖਾਓ ਕਿ ਕਿਸ ਤਰ੍ਹਾਂ ਦਿੱਲੀ ਦੇ ਅੰਦਰ ਕਤਲੇਆਮ ਹੋ ਰਿਹਾ ਹੈ ਔਰ ਸਿੱਖ ਆਪਣੀ ਜਾਨ 'ਤੇ ਖੇਡ ਕੇ ਪਰਿਵਾਰਾਂ ਨੂੰ ਕੱਢ ਕੇ ਲੈ ਕੇ ਜਾ ਰਹੇ, ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਬੰਨ੍ਹ ਕੇ ਲੈ ਕੇ ਜਾ ਰਹੇ ਆ। ਜਿਹੜਾ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ ਚੀਜ਼ਾਂ ਦਿਖਾ ਰਿਹਾ ਹੈ ਉਹ ਤਾਂ ਤੁਹਾਨੂੰ ਦਿਖਦੀਆਂ ਨਹੀਂ। ਜਿਹੜਾ ਇੰਟਰਨੈਸ਼ਨਲ ਮੀਡੀਆ ਚਾਹੇ ਦੀ ਓਬਜ਼ਰਵਰ ਹੋਵੇ, ਚਾਹੇ ਦੀ ਵਾਇਰ ਹੋਵੇ, ਚਾਹੇ ਦੀ BBC ਹੋਵੇ, ਇੰਗਲੈਂਡ ਅੰਦਰ ਫਰੈਂਚ ਨਿਊਜ਼ ਪੇਪਰ ਜਿਹੜੇ ਨੇ ਉਹ ਦੱਸਦੇ ਪਏ ਨੇ ਕਿਤਨਾ ਸਿੱਖ ਜਿਹੜੇ ਸੇਵੀਅਰ ਬਣ ਕੇ ਉੱਭਰੇ ਨੇ, ਕਿਤਨਾ ਇਹ ਦੇਸ਼ ਦੇ ਨੈਸ਼ਨਲ ਚੈਨਲ, ਚਾਹੇ ਉਹ ਇੰਡੀਆ TV ਹੋਵੇ, ਚਾਹੇ ਉਹ ਟਾਈਮਸ ਨਾ ਹੋਵੇ, ਚਾਹੇ ਉਹ ਰਿਪਬਲਿਕ ਹੋਵੇ, ਚਾਹੇ ਉਹ TV18 India ਹੋਵੇ, ਇਹ ਸਾਰੇ ਚੈਨਲ ਜੋ ਦਿਖਾ ਰਹੇ ਨੇ ਤੁਹਾਨੂੰ ਉਹਨਾਂ ਚੀਜ਼ਾਂ ਦੇ ਉਸ ਟਾਈਮ ਦੇ ਉੱਤੇ ਤੁਸੀਂ ਇੱਕ ਸਾਜਿਸ਼ਬੰਦ ਤਰੀਕੇ ਦੇ ਨਾਲ ਕੰਮ ਕਰ ਰਹੇ ਜੇ। ਇਹ ਕੋਈ ਕੋਇੰਸੀਡੈਂਸ ਨਹੀਂ ਹੈਗਾ, ਇਹ ਬੜੀ ਵੱਡੀ ਸਾਜਿਸ਼ ਆ ਜਿਹਦੇ ਤਹਿਤ ਸਾਨੂੰ ਸਿੱਖਾਂ ਦੇ ਉਹ ਜਿਹੜੇ ਲੋਕ ਸਾਨੂੰ ਬਰਦਾਸ਼ਤ ਨਹੀਂ ਕਰਦੇ ਉਹ ਸਾਡੇ ਅਕਸ ਨੂੰ ਖਰਾਬ ਕਰਨ ਵਾਸਤੇ ਅਸੀਂ ਕੰਮ ਕਰ ਰਹੇ ਨੇ। ਬੜੇ ਦਿਨ ਪਹਿਲਾਂ ਕਰੀ 1.5 ਸਾਲ ਪਹਿਲਾਂ ਇੱਕ ਚਰਚਾ ਇਹੀ ਉੱਠੀ ਸੀ ਫਿਲਮਾਂ ਦੇ ਵਿੱਚ ਕਈ ਚੀਜ਼ਾਂ ਗਲਤ ਹੁੰਦੀਆਂ, ਅਤੇ ਕਿਹਾ ਗਿਆ ਸੀ ਕਮੇਟੀ ਬਣਾਈ ਜਾਏ, ਕੋਈ ਵੀ ਫਿਲਮ ਬਣੇ ਉਹ ਕਮੇਟੀ ਰਿਵਿਊ ਕਰੇ, ਉਸ ਤੋਂ ਬਾਅਦ ਅੱਗੇ ਜਾਏ, ਇਹ ਸਿੱਖਾਂ ਦੀ ਰਹਿਤ ਮਰਿਆਦਾ ਨਾਲ ਜਿਹੜੀ ਜੁੜੀ ਹੋਈ ਹੋਏ। ਉਹ ਕਮੇਟੀ ਅੱਗੇ ਬਣੀ ਨਹੀਂ, ਨਾ ਗੱਲਾਂ ਹੋਈਆਂ, ਦੁਬਾਰਾ ਮੰਗ ਕਰੋਗੇ ਕਿ ਅਜਿਹੀ ਚੀਜ਼ ਬਣੇ? ਅਸੀਂ ਕਮੇਟੀ ਨਹੀਂ ਬਣਾਉਣੀ, ਕਮੇਟੀ ਸਰਕਾਰ ਨੇ ਬਣਾਉਣੀ ਆ ਨਾ, ਸਰਕਾਰ ਨੇ ਬਣਾਉਣੀ ਆ। ਲੇਕਿਨ ਇਹ ਜਿਹੜੀ ਗੱਲ ਆ, ਜਿਹੜੇ ਆਲਰੇਡੀ ਬਣੀਆਂ ਕਮੇਟੀਆਂ ਉਹਨਾਂ ਨੂੰ ਕਿਹੜਾ ਨਹੀਂ ਦਿਖਦਾ? ਜਿਹੜੇ ਕਮੇਟੀਆਂ ਬਣੀਆਂ ਨੇ, ਸੈਂਸਰ ਬੋਰਡ ਬਣੇ ਨੇ, ਉਹ ਇਹਦੇ ਵਾਸਤੇ ਤਾਂ ਬਣੇ ਨੇ। ਹੁਣ ਹੁੰਦਾ ਕੀ ਆ, ਸੈਂਸਰ ਬੋਰਡ ਕਿਉਂ ਬਾਇਸ ਨੇ? ਕਿਉਂਕਿ ਸੈਂਸਰ ਬੋਰਡ ਹਰ ਆਦਮੀ ਨੂੰ ਆਪਣੀ ਚੀਜ਼ ਦੇ ਬਾਰੇ 'ਚ ਪਤਾ ਹੋ ਸਕਦਾ। ਜੇ ਉੱਥੇ ਇੱਕ ਸਿੱਖ ਬੈਠਾ ਹੋਊਗਾ ਉਹ ਇਹ ਭਾਵਨਾ ਨੂੰ ਪਛਾਣ ਲਊਗਾ ਵੀ ਯਾਰ ਆਹ ਇਸ਼ੂ ਬਣਨਾ ਕੱਲ੍ਹ ਨੂੰ। ਜੇ ਉੱਥੇ ਕੋਈ ਮੁਸਲਮਾਨ ਬੈਠਾ ਉਹ ਪਛਾਣ ਜਾਂਦਾ, ਕਹਿੰਦਾ ਯਾਰ ਇਸ਼ੂ ਬਣੇਗਾ ਇਹ ਕੰਮ ਆ ਕਰਿਓ। ਜੇ ਕੋਈ ਹਿੰਦੂ ਬੈਠਾ ਉਹਨੂੰ ਪਤਾ ਕਿ ਮੇਰੇ ਧਰਮ ਦੇ ਰੀਤ ਰਿਵਾਜ਼ਾਂ ਕੀ, ਉਹ ਕਹਿੰਦਾ ਇਸ਼ੂ ਬਣੇਗਾ। ਗੱਲਾਂ ਤਾਂ ਬੜੀਆਂ ਛੋਟੀਆਂ ਛੋਟੀਆਂ ਨੇ, ਠੀਕ, ਉਹਨਾਂ ਨੂੰ ਉਸੇ ਲਈ ਠੀਕ ਵੀ ਕੀਤਾ ਜਾ ਸਕਦਾ। ਲੇਕਿਨ ਕਿਉਂਕਿ ਸਾਡੀ ਰਿਪ੍ਰਜੈਂਟੇਸ਼ਨ ਕਰਨ ਵਾਲਾ ਕੋਈ ਨਹੀਂ ਹੈਗਾ, ਇਸ ਕਰਕੇ ਹਰੇਕ ਦੀ ਮਨਮਰਜ਼ੀ, ਜੋ ਜੀ ਕਰਦਾ ਧੱਕਾ ਕਰੀ ਜਾਂਦਾ ਹੈ। ਜਿਹੜੇ ਸਾਡੇ ਲੋਕ ਬੈਠੇ ਨੇ ਪਹਿਲਾਂ, ਉਹਨਾਂ ਦੇ ਮਨ 'ਚ ਸਾਡੇ ਪ੍ਰਤੀ ਨਹੀਂ ਜ਼ਹਿਰ ਆ, ਜੈਲਸੀ ਆ, ਭਾਵਨਾ ਸਾਡੇ ਖਿਲਾਫ਼ ਆ। ਉਹਨਾਂ ਨੂੰ ਲੱਗਦਾ ਕਿ ਯਾਰ ਇਹਨਾਂ ਦੀ ਗੱਲ ਹੀ ਹਰ ਜਗ੍ਹਾ ਹੁੰਦੀ ਆ, ਦੁਨੀਆ ਦੇ ਹਰ ਚੈਨਲ ਇਹਨਾਂ ਨੂੰ ਹੀ ਕਵਰ ਕਰਦਾ, ਹਰ TV ਇਹਨਾਂ ਦੀ ਹੀ ਗੱਲ ਕਰਦਾ, ਹਰ ਬੰਦਾ ਇਹਨਾਂ ਨੂੰ ਹੀ ਕਿਉਂ ਬੋਲਦਾ? ਉਹ ਵੀ ਮਨ ਅੰਦਰ ਈਰਖਾ ਹੈਗੀ ਲੋਕਾਂ ਦੇ। ਬਿਲਕੁਲ, ਵੈਬ ਸੀਰੀਜ਼ 'ਤੇ ਰੋਕ ਲੱਗੇ ਅਤੇ ਜਿਹੜਾ ਕਰੈਕਟਰ ਹੈ ਉਹਦਾ ਨਾਮ ਚੇਂਜ ਕੀਤਾ ਜਾਏ, ਇਹਨੂੰ ਲੈ ਕੇ ਇੱਕ ਨੋਟਿਸ ਭੇਜਿਆ ਗਿਆ ਹੈ ਅਤੇ ਨਾਲ ਹੀ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰੀ ਨੂੰ ਵੀ ਲਿਖਿਆ ਗਿਆ। ਦੇਖਣਾ ਹੈਗਾ ਅੱਗੇ ਕੀ ਐਕਸ਼ਨ ਹੁੰਦਾ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ੇ ਨਾਲ ਨਿਤਿਨ ਦਿਮਾਨ, ਦੈਨਿਕ ਸਵੇਰਾ TV। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-648, 84374-94-648।